ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 27 ਜਨਵਰੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਇੱਕ ਪ੍ਰੋਗਰਾਮ ਉਲੀਕਿਆ ਗਿਆ, ਵਿਚਾਰ ਗੋਸ਼ਟੀ ਪ੍ਰੋਗਰਾਮ ਜਿਹੜਾ ਉਲੀਕਿਆ ਗਿਆ, ਜਿਸ ਦੇ ਵਿੱਚ ਸਿਆਣੇ ਸਿਰ ਜਿਹੜੇ ਨੇ ਵੱਖ ਵੱਖ ਮੁੱਦਿਆਂ ਦੇ ਉੱਤੇ ਜਿਹੜੀ ਆ ਉਹ ਚਰਚਾ ਕਰਨਗੇ। ਕੀ ਖਾਸ ਚਰਚਾ ਹੋਵੇਗੀ, ਕੀ ਇਸ ਦਾ ਮੁੱਖ ਥੀਮ ਰਹੇਗਾ ਇਸ ਪ੍ਰੋਗਰਾਮ ਦਾ, ਇਹਦੇ ਲਈ ਗੱਲ ਕਰਨ ਲਈ ਮੇਰੇ ਨਾਲ ਨੇ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਲੋਕ ਸਭਾ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਸਾਹਿਬ। ਚੰਦੂਮਾਜਰਾ ਸਾਹਿਬ, ਪਹਿਲੇ ਤਾਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਵੀ ਇਹ ਪ੍ਰੋਗਰਾਮ ਹੈ ਕੀ ਹੈ, ਕਿਉਂ ਕੌਣ ਇਸ ਪ੍ਰੋਗਰਾਮ ਦੇ ਵਿੱਚ ਆ ਰਿਹਾ ਤੇ ਕਿਸ ਪ੍ਰੋਗਰਾਮ ਦਾ ਥੀਮ ਕੀ ਹੈ, ਮੁੱਖ ਮੁੱਦਾ ਕੀ ਹੈ? ਦੇਖੋ, 27 ਜਨਵਰੀ ਨੂੰ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਿਹੜਾ ਵਿਸ਼ੇਸ਼ ਸੈਮੀਨਾਰ ਹੋਣ ਜਾ ਰਿਹਾ, ਵਿਚਾਰ ਗੋਸ਼ਟੀ ਹੋ ਰਹੀ ਆ, ਉਹਦਾ ਮੇਨ ਥੀਮ ਤਾਂ ਇਹੀ ਆ ਵੀ ਉੱਠੋ ਸ਼ੇਰ ਪੰਜਾਬੀ, ਆਓ ਪੰਜਾਬ ਬਚਾਈਏ। ਕਿਉਂਕਿ ਪੰਜਾਬ ਅੱਜ ਨਿਕਲ ਰਿਹਾ, ਪੰਜਾਬ ਨੂੰ ਆਰਥਿਕ, ਸਮਾਜਿਕ, ਰਾਜਸੀ ਜਿਹੜਾ ਸੰਕਟਾਂ ਵਿੱਚੋਂ ਗੁਜ਼ਰਨਾ ਪੈ ਰਿਹਾ, ਬੜੀਆਂ ਵੱਡੀਆਂ ਚੁਣੌਤੀਆਂ ਪੰਜਾਬ ਦੇ ਸਾਹਮਣੇ ਆ ਰਹੀਆਂ ਨੇ। ਜਿਹੜੇ ਪ੍ਰਸਿੱਧ ਆਰਥਿਕ ਮਾਹਰ ਨੇ ਜਾਂ ਰਾਜਸੀ ਵਿਸ਼ਲੇਸ਼ਣਕਾਰ ਨੇ, ਉਹਨਾਂ ਨੂੰ ਅਸੀਂ ਸੱਦਾ ਦਿੱਤਾ। ਔਰ ਜਿਵੇਂ ਪ੍ਰੋਫੈਸਰ ਰਣਜੀਤ ਸਿੰਘ ਘੁੰਮਣ ਵਰਗੇ ਲੋਕ, ਪ੍ਰੋਫੈਸਰ ਰੌਣਕੀ ਰਾਮ ਵਰਗੇ ਲੋਕ, ਪ੍ਰੋਫੈਸਰ ਕੁਲਦੀਪ ਸਿੰਘ ਵਰਗੇ ਲੋਕ, ਸਤਨਾਮ ਮਾਨਕ ਜੀ ਵਰਗੇ ਲੋਕ, ਹੋਰ ਬਹੁਤ ਸਾਰੇ ਜਿਹੜੇ ਸਾਹਿਤਕਾਰ, ਪਿਆਰੇ ਲਾਲ ਗਰਗ ਜੀ ਤੇ ਹੋਰ ਬਹੁਤ ਸਾਰੇ ਜਾਣੀ ਨਾਮਵਰ ਜਿਹੜੀਆਂ ਹਸਤੀਆਂ, ਡਾਕਟਰ, ਵਕੀਲ, ਪਰ ਸਾਰਿਆਂ ਨੂੰ ਅਸੀਂ ਖੁੱਲ੍ਹਾ ਸੱਦਾ ਦਿੱਤਾ ਕਿ ਪੰਜਾਬ ਜਿਹੜਾ ਗੰਭੀਰ ਸੰਕਟਾਂ 'ਚੋਂ ਲੰਘ ਰਿਹਾ, ਇਹਨੂੰ ਕਿਵੇਂ ਬਚਾਇਆ ਜਾ ਸਕਦਾ। ਅੱਜ ਆਰਥਿਕ ਇੱਕ ਤਾਂ ਦੇਖੋ ਆਪ ਸਿਹੜਿਆ ਆਰਥਿਕ ਖੋਰਾ ਲਾ ਰਹੀ ਹੈ ਮੌਜੂਦਾ ਸਰਕਾਰ। ਪਹਿਲੀ ਗੱਲ ਤਾਂ ਜਿਹੜਾ ਮੌਜੂਦਾ ਰਾਜਸੀ ਪ੍ਰਬੰਧ ਆ, ਇਹ ਰਾਜਸੀ ਪ੍ਰਬੰਧ ਪੰਜਾਬ ਨਾਲ ਕੋਈ ਮੋਹ ਨਹੀਂ ਰੱਖਦਾ, ਪੰਜਾਬ ਨਾਲ ਕੋਈ ਪਿਆਰੇ ਨਹੀਂ ਰੱਖਦਾ, ਇਹਨੂੰ ਪੰਜਾਬ ਦੀ ਚਿੰਤਾ ਹੀ ਕੋਈ ਨਹੀਂ। ਇਹ ਤਾਂ ਪੰਜਾਬ ਉੱਜੜਦਾ ਜਾ ਰਿਹਾ, ਬਰਬਾਦ ਹੋ ਰਿਹਾ ਅਤੇ ਇਹਨਾਂ ਨੂੰ ਕੋਈ ਪਰਵਾਹ ਨਹੀਂ ਹੈ। ਅੱਜ ਪਹਿਲੀ ਗੱਲ ਤਾਂ ਇਹਨਾਂ ਦੀਆਂ ਫਜ਼ੂਲ ਖਰਚੀਆਂ ਕਰਕੇ, ਮਤਲਬ 700 ਕਰੋੜ ਰੁਪਈਆ ਇਸ਼ਤਿਹਾਰਬਾਜ਼ੀ ਵਾਸਤੇ ਰੱਖ ਲੈਣਾ, ਜਿਹੜੇ ਸੂਬੇ ਦੇ ਕੋਲ ਤਨਖਾਹਾਂ ਦੇਣ ਜੋਗਾ ਪੈਸਾ ਨਾ ਹੋਵੇ, TADA ਦੇਣ ਜੋਗੇ ਪੈਸੇ ਨਾ ਹੋਣ, ਮੁਲਾਜ਼ਮ ਨਿੱਤ ਧਰਨਿਆਂ 'ਤੇ ਬੈਠੇ ਹੋਣ, ਉਹ ਸਰਕਾਰ ਇੱਕ ਸਾਲ 'ਚ 700 ਕਰੋੜ ਰੁਪਈਆ ਕੇਵਲ ਆਪਣੀਆਂ ਫੋਟੋਆਂ ਚਮਕਾਉਣ 'ਤੇ ਖਰਚ ਦੇਵੇ ਅਤੇ ਮਹਿੰਗੇ ਜਹਾਜ਼ ਖਰੀਦ ਕੇ ਖਰਚ ਦੇ, ਤੇ ਫਿਰ ਇਹ ਫਜ਼ੂਲ ਖਰਚੀਆਂ ਨੇ ਇੱਕ ਤਾਂ ਪੰਜਾਬ ਦੇ ਖਜ਼ਾਨੇ ਨੂੰ ਖੋਰਾ ਲਾਤਾ, ਇੱਕ ਜਿਹੜੇ ਮਾਲੀ ਸਾਧਨ ਸਾਡੇ ਰੁਟੀਨ ਦੇ ਸੀ ਉਹਨਾਂ 'ਤੇ ਰੋਕ ਲੱਗ ਗਈ। ਜਿਵੇਂ ਕੇਂਦਰੀ ਸਕੀਮਾਂ ਦਾ ਪੈਸਾ ਸੀ, ਉਹ ਸਾਰੀਆਂ ਇਹਨਾਂ ਦੀਆਂ ਨਲੇਕੀਆਂ, ਇਹਨਾਂ ਗੰਦੀਆਂ ਕਮਜ਼ੋਰੀਆਂ, ਇਹਨਾਂ ਦੇ ਟੱਚ ਪਣੇ ਕਰਕੇ, ਅਲੜਪਣੇ ਕਰਕੇ ਸਾਰੀਆਂ ਰੋਕ ਕੇ ਖੜ ਗਈਆਂ। ਫਿਰ ਕੋਈ ਨਵੇਂ ਰਿਸੋਰਸ ਮੋਬਲਾਈਜ਼ ਹੀ ਨਹੀਂ ਕਰ ਸਕੀ ਹੈ ਸਰਕਾਰ। ਸੋ ਇਸ ਕਰਕੇ ਨਾ ਜਿਹੜਾ ਆਰਥਿਕ ਸੰਕਟ ਆ ਪੰਜਾਬ ਦਾ, ਫਿਰ ਪੰਜਾਬ ਦੇ ਜਿਹੜੇ ਹਿਊਮਨ ਰਿਸੋਰਸ ਨੇ ਉਹ ਸਾਰੇ ਵਿਦੇਸ਼ਾਂ 'ਚ ਜਾ ਰਹੇ ਨੇ, ਸਾਡੀ ਜਵਾਨੀ ਤਾਂ ਸਾਰੀ ਉਹ ਪੰਜਾਬ ਤੋਂ ਬਾਹਰ ਨਿਕਲ ਗਈ। ਅਤੇ ਦੂਜੇ ਪਾਸੇ ਜਿਹੜੇ ਇੰਡਸਟਰੀਅਲਿਸਟ ਸੀ, ਕਾਰੋਬਾਰੀ ਸੀ, ਜਿਨ੍ਹਾਂ ਤੋਂ ਟੈਕਸ ਲੈ ਕੇ ਅਸੀਂ ਪੰਜਾਬ ਦੀ ਆਰਥਿਕਤਾ ਨੂੰ ਸੰਭਾਲੀ ਬੈਠੇ ਸੀ, ਉਹ ਵੀ ਪੰਜਾਬ ਛੱਡ ਕੇ ਭੱਜ ਰਹੇ ਨੇ। ਕਿਉਂਕਿ ਪੰਜਾਬ ਤਾਂ ਸਹਿਮ ਦਾ ਮਾਹੌਲ ਆ, ਪੰਜਾਬ ਤਾਂ ਡਰ ਦਾ ਮਾਹੌਲ ਆ, ਪੰਜਾਬ ਤਾਂ ਨਿੱਤ ਕਤਲੋਗਾਰਤ ਹੋ ਰਹੀ ਆ, ਪੰਜਾਬ 'ਚ ਫਿਰੌਤੀਆਂ ਲਈਆਂ ਜਾ ਰਹੀਆਂ ਨੇ ਅਤੇ ਪੰਜਾਬ ਛੱਡ ਕੇ ਲੋਕ ਭੱਜ ਰਹੇ ਨੇ ਅਤੇ ਪੰਜਾਬ ਤਾਂ ਖਾਲੀ ਹੋਇਆ ਪਿਆ। ਅਕਸਰ ਚੰਦੂਮਾਜਰਾ ਸਾਹਿਬ ਦੇਖਿਆ ਜਾਂਦਾ ਹੈ ਵੀ ਸਰਕਾਰਾਂ ਜਿਹੜੀਆਂ ਸੱਤਾ ਦੇ ਉੱਤੇ ਕਾਬਜ਼ ਹੁੰਦੀਆਂ ਨੇ ਉਹ ਸਿਆਣੇ ਸਿਰਾਂ ਨੂੰ ਜੋੜਦੀਆਂ ਨੇ ਤਾਂ ਜੋ ਸਹੀ ਜਿਹੜੀ ਰਾਜਨੀਤਿਕ ਜਿਹੜੀ ਦਿਸ਼ਾ ਹੈ ਉਹ ਸੂਬੇ ਨੂੰ ਦਿੱਤੀ ਜਾਵੇ ਜਾਂ ਸੂਬੇ ਦੇ ਹਾਲਾਤਾਂ ਦੇ ਨੂੰ ਮੱਦੇਨਜ਼ਰ ਕਿਹੜੀ ਕਿਹੜੀਆਂ ਸਲਾਹਾਂ ਜਿਹੜੀਆਂ ਨੇ ਸੂਬੇ ਦੀ ਬਿਹਤਰੀ ਦੇ ਲਈ ਕੰਮ ਆਉਣ, ਤਾਂ ਸਰਕਾਰਾਂ ਅਜਿਹੇ ਕਾਰਜ ਜਿਹੜੀਆਂ ਕਰਦੀਆਂ ਨੇ, ਸਲਾਹਕਾਰ ਸਿਆਣੇ ਰੱਖਦੀਆਂ ਨੇ, ਪਰ ਅਕਾਲੀ ਦਲ ਜਿਹੜਾ ਉਹ ਇਸ ਸਟੈਪ ਨੂੰ ਕਰ ਰਿਹਾ ਤਾਂ ਕੀ ਮਹਿਸੂਸ ਹੋ ਰਿਹਾ ਤੁਹਾਨੂੰ ਵੀ ਤੁਹਾਨੂੰ ਇਹ ਕਦਮ ਜਿਹੜਾ ਚੁੱਕਣਾ ਪੈ ਗਿਆ, ਤੁਹਾਨੂੰ ਸਿਆਣੇ ਸਰ ਜਿਹੜੇ ਉਹ ਜੋੜਨੇ ਪੈ ਗਏ ਨੇ? ਕਿਉਂਕਿ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਜਿਹੜੇ ਅੱਜ ਰਾਜ ਸੱਤਾ 'ਤੇ ਕਾਬਜ਼ ਲੋਕ ਨੇ, ਜਿਵੇਂ ਤੁਸੀਂ ਕਿਹਾ, ਅੱਜ ਤੱਕ ਇਹਨਾਂ ਨੇ ਕੋਈ ਗੰਭੀਰ ਮਤਲਬ ਡਿਸਕਸ਼ਨ ਹੀ ਨਹੀਂ ਕੀਤੀ ਪੰਜਾਬ ਦੇ ਇਸ਼ੂਜ਼ 'ਤੇ। ਮੁੱਖ ਮੰਤਰੀ ਸਾਹਿਬ ਨੇ ਤਾਂ ਮੇਰਾ ਖਿਆਲ ਕਿਸੇ ਮੰਤਰੀ ਤੋਂ ਵੀ ਕਦੇ ਸਲਾਹ ਨਹੀਂ ਲੈਂਦੇ ਦੇਖੇ, ਕਿਸੇ ਅਫਸਰ ਸਾਹਿਬਾਨ ਤੋਂ ਸਲਾਹ ਨਹੀਂ ਲੈਂਦੇ। ਉਹ ਤਾਂ ਸਵੇਰੇ ਉੱਠ ਕੇ ਜਿਹੜੀ ਗੱਲ ਮੂੰਹ 'ਚ ਆਉਂਦੀ ਆ ਉਸੀ ਨੂੰ ਆਪਣਾ ਫਰਮਾਨ ਸਮਝ ਲੈਂਦੇ ਨੇ। ਤੋ ਮਤਲਬ ਅੱਜ ਸਵੇਰੇ ਫੈਸਲਾ ਹੋਰ ਹੁੰਦਾ, ਰਾਤ ਨੂੰ ਫੈਸਲਾ ਹੁੰਦਾ,
ਰਾਤ ਦੇ ਕਿਤੇ ਜਿਹੜੇ ਐਲਾਨ ਨੇ ਉਹ ਦੂਜੇ ਦਿਨ ਬਦਲ ਜਾਂਦੇ ਨੇ। ਸੋ ਫਿਰ ਜਿੰਨਾ ਉਹਨਾਂ ਦਾ ਇੱਕ ਪ੍ਰਭਾਵ ਮੁੱਖ ਮੰਤਰੀ ਸਾਹਿਬ ਦਾ ਜੇ ਪੈ ਜੇ ਨਾ, ਵੀ ਇਹ ਤਾਂ ਗੱਪੀ ਆ, ਇਹ ਤਾਂ ਮਤਲਬ ਜਿੰਨਾ ਡਰਾਮੇ ਆ, ਸ਼ੋਸ਼ੇਬਾਜ਼ੀ ਆ, ਵਿਅੰਗਬਾਜ਼ੀ ਆ, ਮਤਲਬ ਫਿਰ ਉਹਦੇ 'ਚ ਗੰਭੀਰਤਾ ਨਹੀਂ ਰਹਿੰਦੀ। ਅੱਜ ਬਦਕਿਸਮਤੀ ਨਾਲ ਸਾਡੇ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਵਿਰਾਸਤ ਆ ਉਹ ਹੈ ਹੀ ਸਟੇਜਾਂ 'ਤੇ ਵਿਅੰਗਬਾਜ਼ੀ ਕਰਨ ਦੀ, ਡਰਾਮੇਬਾਜ਼ੀ ਕਰਨ ਦੀ ਆ, ਅਤੇ ਉਹੀ ਉਹਨਾਂ ਨੇ ਅੱਜ ਜ਼ਿੰਮੇਵਾਰੀ ਵਾਲੀ ਥਾਂ ਸੰਭਾਲ ਕੇ ਆਪਣੀ ਉਸ ਵਿਰਾਸਤ ਨੂੰ ਕਾਇਮ ਰੱਖਿਆ ਹੋਇਆ। ਉਹ ਪ੍ਰਭਾਵ ਉਹ ਤੋੜ ਨਹੀਂ ਸਕੇ, ਕੋਈ ਗੰਭੀਰਤਾ ਦਾ, ਸੰਜੀਦਗੀ ਦਾ ਜਿਹੜਾ ਪ੍ਰਭਾਵ ਆ ਕਿਸੇ ਮਸਲੇ 'ਤੇ ਦੇ ਨਹੀਂ ਸਕੇ। ਇਸ ਕਰਕੇ ਜਿਵੇਂ ਕਹਿੰਦੇ ਨਾ ਵੀ ਹੁਣ ਕਿੰਨੀ ਕੁ ਦੇਰ ਅਸੀਂ ਬੈਠ ਕੇ ਦੇਖ ਸਕਦੇ ਹਾਂ, ਜਿਨ੍ਹਾਂ ਨੂੰ ਪੰਜਾਬ ਦਾ ਦਰਦ ਆ, ਜਿਨ੍ਹਾਂ ਨੂੰ ਪੰਜਾਬ ਨਾਲ ਮੋਹ ਆ, ਜਿਹੜੇ ਪੰਜਾਬ ਨੂੰ ਇਸ ਖਤਰਨਾਕ ਮੋੜ ਤੋਂ ਬਚਾਉਣਾ ਚਾਹੁੰਦੇ ਨੇ, ਉਹ ਚਿੰਤਕ ਜਿਹੜੇ ਨੇ ਉਹਨਾਂ ਨੂੰ ਅਸੀਂ ਅਨੰਦਪੁਰ ਸਾਹਿਬ 27 ਤਰੀਕ ਨੂੰ, 27 ਜਨਵਰੀ ਨੂੰ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿੱਚ ਇਕੱਠੇ ਕਰ ਰਹੇ ਹਾਂ ਤਾਂ ਕਿ ਉੱਥੇ ਖੁੱਲ੍ਹੀ ਬਹਿਸ ਕਰੀਏ। ਗੁਰੂ ਨਾਨਕ ਦੇਵ ਸਾਹਿਬ ਨੇ ਕਿਹਾ ਨਾ, ਜਬ ਤੱਕ ਦੁਨੀਆ ਰਹੀਏ ਨਾਨਕ ਕਿਸ ਸੁਣੀਏ ਕਿਸ ਕਹੀਏ, ਕੁਛ ਸੁਣਾਂਗੇ, ਕੁਛ ਸੁਣਾਵਾਂਗੇ, ਕੁਛ ਉਹਦੇ 'ਚ ਹੱਲ ਲੱਭਾਂਗੇ ਵੀ ਇਸ ਡਾਵਾਂਡੋਲ ਹੋ ਰਹੀ ਆਰਥਿਕਤਾ ਨੂੰ ਕਿਵੇਂ ਕਿਨਾਰੇ ਲਾਇਆ ਜਾ ਰਿਹਾ। ਅੱਜ ਦੇਖੋ ਕਿੰਨੀਆਂ ਚੁਣੌਤੀਆਂ ਨੇ ਵੀ ਸਮੁੰਦਰੀ ਰਸਤੇ ਰਾਹੀਂ 250 ਤੋਂ ਵੱਧ ਆਈਟਮ ਜਿਹੜੀਆਂ ਨੇ ਬਾਹਰਲੇ ਮੁਲਕਾਂ 'ਚੋਂ ਜਾ ਸਕਦੀਆਂ, ਬਾਹਰਲੇ ਮੁਲਕਾਂ 'ਚੋਂ ਆ ਸਕਦੀਆਂ, ਪਰ ਜੇ ਸੜਕੀ ਹਵਾਜਾਈ ਰਾਹੀਂ ਪਹੁੰਚਾਉਣੀ ਹੋਵੇ ਵਾਹਗੇ ਬਾਰਡਰ ਰਾਹੀਂ ਤਾਂ ਕਹਿੰਦੇ ਜੀ 68 ਤੋਂ ਵੱਧ ਆਈਟਮਾਂ ਬਾਹਰ ਨਹੀਂ ਜਾ ਸਕਦੀਆਂ, ਨਾ ਬਾਹਰੋਂ ਆ ਸਕਦੀਆਂ। ਪਰ ਕਿੱਡਾ ਵੱਡਾ ਧੱਕਾ, ਪਰ ਪੰਜਾਬ ਵਰਗਾ ਸੂਬਾ ਜਿਹਨੂੰ ਕੋਈ ਬੰਦਰਗਾਹ ਨਹੀਂ ਲੱਗਦੀ, ਜਿਹਦੇ ਕੋਈ ਹੋਰ ਮਾਲੀ ਸਾਧਨ ਨਹੀਂ, ਅਤੇ ਜੇ ਅਸੀਂ ਗਲੋਬਲਾਈਜੇਸ਼ਨ ਔਫ ਇਕੋਨੋਮੀ ਦਾ ਫਾਇਦਾ ਇਸ ਸੂਬੇ ਨੂੰ ਨਾ ਲੈ ਦੇ ਸਕੇ ਤਾਂ ਮੈਂ ਸਮਝਦਾ ਸੂਬਾ ਬਹੁਤ ਹੋਰ ਗੰਭੀਰ ਸੰਕਟ ਜਾਏਗਾ। ਚੰਦਮਾ ਸਾਹਿਬ, ਤੁਸੀਂ ਵੀ ਆਪਣੇ ਸਮੇਂ ਦੇ ਉੱਤੇ MP ਰਹੇ ਹੋ, ਕੇਂਦਰ ਦੇ ਵਿੱਚ ਤੁਹਾਡੀ ਸਾਂਝ ਰਹੀ ਹੈ, ਉਦੋਂ ਵੀ ਕਦੇ ਇਹਨਾਂ ਮੁੱਦਿਆਂ ਦੇ ਉੱਤੇ ਜਿਹੜੀ ਹੈ ਉਹ ਚਰਚਾ ਹੋਈ ਵੀ ਇਹਨਾਂ ਹਾਲਾਤਾਂ ਨੂੰ ਜਿਹੜਾ ਸੁਧਾਰਨ ਦੇ ਲਈ ਜਿਹੜੇ ਇਹ ਕਦਮ ਜਿਹੜੇ ਤੁਸੀਂ ਅੱਜ ਕਹਿ ਰਹੇ ਹੋ ਵੀ ਚੁੱਕਣੇ ਚਾਹੀਦੇ ਨੇ, ਕਦੇ ਉਦੋਂ ਵੀ ਚਰਚਾ ਹੋਈ ਜਾਂ ਕਿੱਥੇ ਖੜੋਤ ਰਹੀ ਵੀ? ਤੁਸੀਂ ਦੇਖਿਆ ਹੋਣਾ ਜਦੋਂ ਪਹਿਲਾਂ ਵਾਹਗੇ ਬਾਰਡਰ 'ਤੇ ਬਿਲਕੁਲ ਹੀ ਆਈਟਮ ਜਿਹੜੀਆਂ ਨੇ ਜਾਣ ਤੋਂ ਰੋਕ ਲਾਤੀ ਸੀ, ਫਿਰ ਸਿਰਫ 68 ਜਿਹੜੀਆਂ ਆਈਟਮ ਦੀ ਹੋਈ ਗੱਲ, ਇਹ ਵੀ ਬਜਟ 'ਤੇ ਜਦੋਂ ਬਹਿਸ ਹੋਈ ਸੀ, ਜੇਤਲੀ ਸਾਹਿਬ ਖਜ਼ਾਨਾ ਮੰਤਰੀ ਸੀ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੈਂ ਹੀ ਬੋਲਿਆ ਸੀ ਔਰ ਮੈਂ ਪੱਖ ਰੱਖਿਆ ਸੀ ਕਿ ਪੰਜਾਬ ਦਾ ਕਸੂਰ ਕੀ ਆ, ਦੇਸ਼ ਦੇ ਬਟਵਾਰੇ 'ਚ ਸਾਰੇ ਹਿੰਦੁਸਤਾਨ 'ਚ ਭੰਗੜੇ ਪੈਂਦੇ ਸੀ, ਸਾਰਾ ਹਿੰਦੁਸਤਾਨ ਨੱਚ ਰਿਹਾ ਸੀ, ਪਰ ਪੰਜਾਬ ਦੇ ਵਿਹੜਿਆਂ 'ਚ ਬੈਂਡ ਪੈ ਰਹੇ ਸੀ, ਅਤੇ ਪੰਜਾਬ ਨੇ ਬਟਵਾਰੇ ਵੇਲੇ ਵੀ ਦਰਦ ਝੱਲਿਆ, ਫਿਰ ਸਰਹੱਦ 'ਤੇ ਜਿਹੜੇ ਮਨ ਅਣਸੁਖਾਵੇਂ ਹਾਲਾਤ ਰਹੇ ਅਤੇ ਉੱਥੇ ਵੀ ਲੜਾਈ ਦੇ ਖਤਰੇ ਮੰਡਲਾਉਂਦੇ ਰਹੇ, ਉੱਥੇ ਪੰਜਾਬੀਆਂ ਦਾ ਖੂਨ ਵੀ ਡੁੱਲਦਾ ਰਿਹਾ, ਉੱਥੇ ਪੰਜਾਬ ਦੀ ਆਰਥਿਕਤਾ ਨੂੰ ਹੋਰ ਇਸ ਕਰਕੇ ਲੱਗਿਆ ਕਿ ਕੋਈ ਇੰਡਸਟਰੀਲਿਸਟ, ਕੋਈ ਕਾਰੋਬਾਰੀ, ਕੋਈ ਵਪਾਰੀ ਉੱਥੇ ਵਪਾਰ ਕਰਨ ਨੂੰ, ਕਾਰੋਬਾਰ ਕਰਨ ਨੂੰ ਤਿਆਰ ਨਹੀਂ ਸੀ ਕਿਉਂਕਿ ਅਣਸੁਖਾਵੇਂ ਹਾਲਾਤ ਸੀ। ਸੋ ਉਹਦਾ ਨੁਕਸਾਨ ਵੀ ਪੰਜਾਬ ਨੂੰ ਝੱਲਣਾ ਪੈ ਰਿਹਾ, ਅਤੇ ਜੇ ਕੋਈ ਮਾੜਾ ਮੋਟਾ ਫਾਇਦਾ ਲਿਆ ਜਾ ਸਕਦਾ, ਅੱਜ ਦੁਨੀਆ ਇੱਕ ਹੋ ਗਈ, ਦੁਨੀਆ ਦੀ ਇਕੋਨੋਮੀ ਇੱਕ ਹੋ ਗਈ, ਅਤੇ ਤਾਂ ਉਹ ਫਾਇਦਾ ਹੋ ਸਕਦਾ ਕੇਵਲ ਅਤੇ ਕੇਵਲ ਵਾਹਗਾ ਅਟਾਰੀ ਬਾਰਡਰ ਖੋਲ੍ਹ ਕੇ ਵਪਾਰ ਚਲਾ ਕੇ। ਉਦੋਂ ਮੈਂ ਬੜੇ ਜ਼ੋਰ ਨਾਲ ਗੱਲ ਰੱਖੀ ਸੀ ਔਰ ਉਸਦਾ ਉਦੋਂ ਹਾਂ ਪੱਕੀ ਹੁੰਗਾਰਾ ਵੀ ਉਸ ਸਮੇਂ ਦੀ ਸਰਕਾਰ ਜਿਹੜੀ ਖਜ਼ਾਨਾ ਮੰਤਰੀ ਸੀ ਜੇਤਲੀ ਸਾਹਿਬ ਨੇ ਮੇਰਾ ਨਾਂ ਲੈ ਕੇ ਕਿਹਾ ਸੀ ਵੀ ਇਹਨਾਂ ਦੀ ਪ੍ਰਪੋਜ਼ਲ ਠੀਕ ਆ, ਅਸੀਂ ਇਸ ਬਾਰੇ ਸੋਚਾਂਗੇ। ਪਰ ਬਦਕਿਸਮਤੀ ਨਾਲ BJP ਨਾਲ ਸਾਡਾ ਗਠਬੰਧਨ ਜਦੋਂ ਕਿਸਾਨੀ ਸੰਘਰਸ਼ ਸਮੇਂ ਟੁੱਟ ਗਿਆ ਅਤੇ ਅਸੀਂ ਉਸ ਗੱਲ ਨੂੰ ਬਹੁਤਾ ਪਰਸੂ ਨਹੀਂ ਕਰ ਸਕੇ। ਸਾਡੇ ਅੱਜ ਵੀ ਇਹੀ ਕਹਿਣਾ ਕਿ ਪੰਜਾਬ ਕੇਵਲ ਅਤੇ ਕੇਵਲ ਜੇ ਬਚਾਇਆ ਜਾ ਸਕਦਾ ਤਾਂ ਵਾਹਗਾ ਬਾਰਡਰ ਦਾ ਵਪਾਰ, ਵਾਹਗਾ ਬਾਰਡਰ ਰਾਹੀਂ ਵਪਾਰ, ਅਟਾਰੀ ਬਾਰਡਰ ਰਾਹੀਂ ਵਪਾਰ ਖਿਲਵਾ ਕੇ ਹੀ ਬਚਾਇਆ ਜਾ ਸਕਦਾ। ਵਾਹਿਗੁਰੂ ਮੌਕਾ ਦਊ ਕਿਤੇ ਤਾਂ ਸਭ ਤੋਂ ਪਹਿਲ ਜਿਹੜੀ ਆ ਸਾਡੀ ਇਹੀ ਹੋਏਗੀ ਕਿ ਪੰਜਾਬ ਨੂੰ ਜੇ ਬਚਾਉਣਾ, ਪੰਜਾਬ ਜੇ ਬਚੇਗਾ ਤਾਂ ਦੇਸ਼ ਬਚੇਗਾ, ਪੰਜਾਬ ਜੇ ਸਟਰੋਂਗ ਹੋਏਗਾ ਤਾਂ ਦੇਸ਼ ਸਟਰੋਂਗ ਹੋਏਗਾ, ਅਤੇ ਪੰਜਾਬ ਦੀ ਇਕੋਨੋਮੀ ਨੂੰ ਤਕੜਾ ਕਰਨ ਲਈ ਸਾਨੂੰ ਇਹ ਜਿਹੜਾ ਵਪਾਰ ਆ
ਸੜਕੇ ਆਵਾਜਾਈ ਰਾਹੀਂ, ਬਾਘੇ ਬਾਰਡਰ ਰਾਹੀਂ, ਅਟਾਰੀ ਬਾਰਡਰ ਰਾਹੀਂ ਇਹ ਖਲਵਾਉਣ ਦੇ ਯਤਨ ਕਰਨੇ ਪੈਣਗੇ ਔਰ ਅਸੀਂ ਇਹਤੇ ਜ਼ੋਰ ਲਾਵਾਂਗੇ ਪੂਰਾ। ਅੱਛਾ ਚਲੋ ਸਾਹਿਬ, ਇਹ ਜਿਹੜਾ ਵਿਚਾਰ ਗੋਸ਼ਟੀ ਪ੍ਰੋਗਰਾਮ ਹੈਗਾ, ਕੀ ਅਕਾਲੀ ਦਲ ਵੀ ਇਸ ਪ੍ਰੋਗਰਾਮ 'ਚੋਂ ਆਪਣਾ ਸਰਵਾਈਵਲ ਕੁਛ ਭਾਲ ਰਿਹਾ, ਦੇਖ ਰਿਹਾ ਆਪਣੀ ਜਿਹੜੀ ਨੀਂਹ ਜਿਹੜੀ ਆ ਮਜ਼ਬੂਤ ਕਰਨ ਦੇ ਕੋਸ਼ਿਸ਼ਾਂ ਦੇ ਵਿੱਚ ਹੈਗਾ, ਅਕਾਲੀ ਦਲ ਵੀ ਇਹ ਚੁੱਕੀ ਕੱਢਣਾ ਚਾਹੁੰਦਾ? ਦੇਖੋ ਇਸ ਵਿਚਾਰ ਗੋਸ਼ਟੀ ਦੇ ਵਿੱਚ ਦੂਜੇ ਪਾਸੇ ਜਿਹੜੀ ਖੁਦ ਸੂਬਿਆਂ ਦੀ ਖੁਦਮੁਖਤਾਰੀ ਨੂੰ ਹੋਰਾ ਲੱਗ ਰਿਹਾ, ਸੂਬਿਆਂ ਦੇ ਅਧਿਕਾਰ ਖੇਤਰ ਖੋਹੇ ਜਾ ਰਹੇ ਨੇ, ਸੂਬਿਆਂ ਦੇ ਜਿਹੜੇ ਫੰਡਸ ਨੇ ਕੇਂਦਰ ਦੇ, ਤੁਸੀਂ ਹੈਰਾਨ ਹੋਵੋਗੇ ਵੀ ਕਹਿੰਦੇ ਪਾਪੂਲੇਸ਼ਨ ਦੇ ਆਧਾਰ 'ਤੇ ਫੰਡਸ ਵੰਡਣੇ ਨੇ। ਅਸੀਂ ਕਹਿੰਦੇ ਹਾਂ ਵੀ ਕੇਂਦਰੀ ਭੰਡਾਰ 'ਤੇ ਜਿਹੜੀ ਕੰਟਰੀਬਿਊਸ਼ਨ ਆ ਕਿਸੇ ਸੂਬੇ ਦੀ, ਉਹਦੇ ਆਧਾਰ 'ਤੇ ਫੰਡ ਵੰਡਣੇ ਚਾਹੀਦੇ ਆ। ਪਰ ਫੌਜ ਵਿੱਚ ਕਹਿੰਦੇ ਜੀ ਪਾਪੂਲੇਸ਼ਨ ਦੇ ਆਧਾਰ 'ਤੇ ਭਰਤੀ ਹੋਣੀ ਚਾਹੀਦੀ ਆ, ਅਸੀਂ ਕਹਿੰਦੇ ਹਾਂ ਵੀ ਸਰੀਰਕ ਸਡੋਲਤਾ ਦੇਖ ਕੇ ਫਿਰ ਭਰਤੀ ਹੋਣੀ ਚਾਹੀਦੀ ਆ। ਇਹ ਸਾਰੀਆਂ ਗੱਲਾਂ ਜਾਣੀ ਅੱਜ ਜੇ ਕੋਈ ਫੈਡਰਲਿਜ਼ਮ ਦੀ ਗੱਲ ਕਰਦਾ, ਸੂਬਿਆਂ ਦੇ ਅਧਿਕਾਰ ਖੇਤਰ ਦੀ ਵਕਾਲਤ ਕਰਦਾ, ਜਾਂ ਇਹ ਕਹਿ ਲਓ ਵੀ ਖੇਤਰੀਵਾਦ ਦੀ ਕੋਈ ਰਾਖੀ ਕਰਦਾ, ਉਹ ਕੇਵਲ ਅਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਵਰਗੀ ਪਾਰਟੀ ਕਰਦੀ ਆ, ਜਿਹੜੀ ਜੰਮੇ ਇੱਥੋਂ, ਪਲੇ ਇੱਥੋਂ, ਰਹਿਣਾ ਇੱਥੇ, ਖਾਣਾ ਇੱਥੇ, ਪਹਿਨਣਾ ਇੱਥੇ, ਜਿਹਦੀ ਕੋਈ ਬਾਹਰਲੇ ਸੂਬੇ ਜਾਂ ਸੈਂਟਰ ਦੀ ਰਿਮੋਟ ਕੰਟਰੋਲ ਜਿਹਦਾ ਕਿਸੇ ਕੋਲ ਨਹੀਂ, ਕੇਵਲ ਆਪਣੇ ਕੋਲ ਆ। ਸੋ ਉਹ ਸ਼੍ਰੋਮਣੀ ਅਕਾਲੀ ਦਲ ਅਤੇ ਆਸਾਂ ਉਮੀਦਾਂ ਜਿਵੇਂ ਲੋਕ ਕਰਦੇ ਨੇ, ਜਿਵੇਂ ਅੰਮ੍ਰਿਤਾ ਪ੍ਰੀਤਮ ਨੇ ਕਿਹਾ ਸੀ ਨਾ ਜਦੋਂ ਹਾਲਾਤ ਖਰਾਬ ਸੀ, ਉੱਠ ਦਰਦ ਬੰਦਾ ਦਿਆ ਦਰਦੀ ਆ, ਉੱਠ ਤੱਕ ਆਪਣਾ ਪੰਜਾਬ ਇੱਕ ਪਾਸੇ ਲਾਸ਼ਾਂ ਵਿਸੀਆਂ, ਲਹੂ ਦੀ ਭਰੀ ਚਨਾਬ। ਅੱਜ ਪੰਜਾਬ ਦੇ ਲੋਕ ਅਕਾਲੀਆਂ ਨੂੰ ਕਹਿ ਰਹੇ ਨੇ ਕਿ ਉੱਠੋ, ਜਾਗੋ ਔਰ ਪੰਜਾਬ ਨੂੰ ਬਚਾਓ। ਔਰ ਉਹਦੇ ਲਈ ਇਹ ਜਿਹੜਾ ਸੈਮੀਨਾਰ ਅਸੀਂ ਕਰਨ ਜਾ ਰਹੇ ਹਾਂ, ਇਹ ਸੈਮੀਨਾਰ ਦੇ ਵਿੱਚ ਆਰਥਿਕ ਮਾਹਰ, ਰਾਜਸੀ ਵਿਸ਼ੇਸ਼ਣਕਾਰ, ਇਹ ਸਾਰੇ ਮਤਲਬ ਇੱਕ ਆਪਣੀ ਰਾਏ ਦੇ ਕੇ ਵਿਉਂਤਬੰਦੀ ਜਿਹੜੀ ਇਹਨਾਂ ਚੁਣੌਤੀਆਂ ਦਾ ਟਾਕਰਾ ਕਰਨ ਲਈ ਆ ਉਹਦੀ ਗੱਲ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਸੇਧ ਦੇਣ ਦੇ ਵਿੱਚ ਇੱਕ ਸਹਾਈ ਹੋਏਗਾ ਇਹ ਜਿਹੜਾ ਸੈਮੀਨਾਰ ਹੋਏਗਾ। ਔਰ 1 ਫਰਵਰੀ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਕਰਕੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੀ ਧਰਤੀ 'ਤੇ, ਜਿਨ੍ਹਾਂ ਨੇ ਖੰਡਾ ਚੁੱਕ ਕੇ ਇੱਕ ਬਜ਼ੁਰਗ ਅਵਸਥਾ ਦੇ ਵਿੱਚ ਉਸ ਸਮੇਂ ਅੰਗਰੇਜ਼ ਨੂੰ ਭਜਾਉਣ ਦੇ ਵਿੱਚ ਖੰਡਾ ਖੜਕਾਇਆ ਸੀ, ਉਸ ਤਰ੍ਹਾਂ ਦੇ ਹਾਲਾਤ ਅਟਾਰੀ ਦੇ ਧਰਤੀ ਤੋਂ ਸ਼੍ਰੋਮਣੀ ਅਕਾਲੀ ਦਲ ਤੁਰੇਗਾ ਲੈ ਕੇ ਸਾਰੇ ਪੰਜਾਬ ਦੇ ਵਿੱਚ, ਔਰ ਇਹਨਾਂ ਚੁਣੌਤੀਆਂ ਦੇ ਟਾਕਰਾ ਕਰਨ ਲਈ ਸਮੂਹ ਪੰਜਾਬੀਆਂ ਨੂੰ ਪ੍ਰੇਰੇਗਾ ਵੀ, ਜਾਗਰਤੀ ਵੀ ਲੈ ਕੇ ਆਏਗਾ, ਅਤੇ ਔਰ ਪੰਜਾਬ ਦੇ ਲੋਕਾਂ ਨੂੰ ਪੁਕਾਰ ਵੀ ਕਰੇਗਾ, ਉੱਠੋ ਸ਼ੇਰ ਪੰਜਾਬੀਓ, ਆਓ ਪੰਜਾਬ ਬਚਾਈਏ। ਔਰ ਇਸ ਸੈਮੀਨਾਰ 'ਤੇ ਅਸੀਂ ਇੱਕ ਥੀਮ ਸੌਂਗ ਜਿਹੜਾ ਹੈ, ਜਿਹੜਾ ਸਾਡੇ 1 ਫਰਵਰੀ ਨੂੰ ਪੰਜਾਬ ਬਚਾਓ ਮਾਰਚ ਦਾ ਥੀਮ ਸੌਂਗ ਹੋਏਗਾ, ਉਹ ਵੀ ਰਿਲੀਜ਼ ਕੀਤਾ ਜਾਏਗਾ, ਕਿਉਂਕਿ ਇਸ ਸੈਮੀਨਾਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰ ਸੁਖਬੀਰ ਸਿੰਘ ਬਾਦਲ ਪੂਰਾ ਸਮਾਂ ਬੈਠਣਗੇ, ਅਤੇ ਸਾਰੀ ਹਾਈਕਮਾਂਡ ਅਕਾਲੀ ਦਲ ਦੀ ਪੂਰਾ ਸਮਾਂ ਬੈਠੀ। ਉਹ ਗਾਣੇ 'ਚ ਕੀ ਖਾਸ ਰਹਿਣ ਵਾਲਾ, ਕੀ ਸੁਨੇਹਾ ਉਹ ਗਾਣੇ ਦੇ ਜ਼ਰੀਏ ਜਿਹੜਾ? ਉਹ ਗਾਣੇ ਦੇ ਰਾਹੀਂ ਅਸੀਂ ਸੁਨੇਹਾ, ਇੱਕ ਤਾਂ ਪੰਜਾਬ ਦੇ ਲੋਕਾਂ ਨੂੰ ਹਲੂਣਾ ਦੇਵਾਂਗੇ, ਪੰਜਾਬ ਦਾ ਦਰਦ ਹੋਏਗਾ ਉਹਦੇ 'ਚ, ਪੰਜਾਬ ਦੇ ਦਰਦ ਦੀ ਇਲਾਜ ਵੀ ਉਹਦੇ 'ਚ ਦੱਸਿਆ ਜਾਏਗਾ। ਔਰ ਜਿਹੜੀਆਂ ਮਤਲਬ ਪੰਜਾਬ ਨੂੰ ਮੈਂ ਸਮਝਦਾ ਖੋਰਾ ਲਾਉਣ ਵਾਲੀਆਂ ਸਾਜ਼ਾਂ ਨੇ ਉਹ ਵੀ ਰੰਗੀਆਂ ਕੀਤੀਆਂ ਜਾਣਗੀਆਂ, ਔਰ ਉਹਦੇ ਬਚਾਅ ਦੇ ਸਾਧਨ ਕੇਵਲ ਅਤੇ ਕੇਵਲ ਖੇਤਰੀ ਪਾਰਟੀਆਂ ਨੂੰ ਮਜ਼ਬੂਤ ਕਰਨ ਦੇ ਰਾਹੀਂ ਹੀ ਹੋ ਸਕਦੇ ਨੇ। ਜਿਹੜੇ ਪੰਜਾਬ ਦੀ ਦਰਦ ਸਮਝਦੇ ਨੇ ਉਹ ਟੇਕ ਆਸ ਉਮੀਦ ਕੇਵਲ ਅਤੇ ਕੇਵਲ ਅਕਾਲੀ ਦਲ 'ਤੇ ਟਿਕੇਗੀ, ਇਹ ਉਸ ਗਾਣੇ ਦਾ ਜ਼ਿਆਦਾਤਰ ਥੀਮ ਹੋਏਗਾ, ਔਰ ਉਹ ਗਾਣਾ ਰਿਲੀਜ਼ ਕੀਤਾ ਜਾਏਗਾ। ਸ੍ਰੀ ਅਨੰਦਪੁਰ ਸਾਹਿਬ ਅਕਾਲੀ ਦਲ ਲਗਾਤਾਰ ਜਿਹੜੇ ਅਜਿਹੇ ਪ੍ਰੋਗਰਾਮ ਕਰਕੇ ਲੋਕਾਂ ਦੀ ਕਚਹਿਰੀ ਦੇ ਵਿੱਚ ਜਾ ਰਿਹਾ ਅਤੇ ਲੋਕਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ, ਲੋਕ ਅਕਾਲੀ ਦਲ ਦੇ ਨਾਲ ਜੁੜਨ, ਅਤੇ ਸਰਕਾਰ ਦੀਆਂ ਜਿਹੜੀਆਂ ਲੋਕ ਵਿਰੋਧੀ ਨੀਤੀਆਂ ਨੇ ਉਹਨਾਂ ਬਾਰੇ ਵੀ ਪ੍ਰਚਾਰ ਜਿਹੜਾ ਅਕਾਲੀ ਦਲ ਲਗਾਤਾਰ ਕਰ ਰਿਹਾ। ਪਰ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਸੈਮੀਨਾਰ ਨੇ ਜਾਂ ਅਜਿਹੀਆਂ ਜਿਹੜੀਆਂ ਯਾਤਰਾਵਾਂ ਜਿਹੜੀਆਂ ਕੱਢੀਆਂ ਜਾਂਦੀਆਂ ਨੇ ਉਹਦਾ ਕਿੰਨਾ ਕੁ ਜਿਹੜਾ ਫਾਇਦਾ ਉਹ ਅਕਾਲੀ ਦਲ ਨੂੰ ਚੋਣਾਂ ਦੇ ਵਿੱਚ ਮਿਲੇਗਾ।
ਕੈਮਰਾਮੈਨ ਸਰਬਜੀਤ ਸਿੰਘ ਦੇ ਨਾਲ ਜਗਜੀਤ ਜੱਗੀ, ਪੀ ਟੀ ਸੀ ਨਿਊਜ਼ ਰੋਪੜ।